ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਭਾਈ ਬੀਨੂ ਢਿੱਲੋਂ ਵੱਲੋਂ ਚਲਾਈ ਜਾ ਰਹੀ ਜ਼ਰੀਆ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ। ਭਾਈ ਹਰੀਆਂ ਨੇ ਅਤੇ ਸਾਰੀ ਟੀਮ ਨੇ ਰਲ ਕੇ ਰਾਸ਼ਨ ਦਾ ਅਰੇਂਜਮੈਂਟ ਕੀਤਾ, ਜਿਹਦੇ 'ਚ ਡੇਲੀ ਆਉਣ ਵਾਲੀਆਂ ਲੋੜਵੰਦ ਚੀਜ਼ਾਂ ਜਿਵੇਂ ਕਿ ਆਟਾ, ਚੌਲ, ਦਾਲ ਅਤੇ ਪਿਆਜ਼, ਆਲੂ, ਸਬਜ਼ੀਆਂ ਦਾ ਅਰੇਂਜਮੈਂਟ, ਮਤਲਬ ਇਹਨਾਂ ਨੇ ਇੱਕ ਯੂਨਿਟ ਬਣਾਏ ਨੇ ਅਤੇ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਭਾਈ ਹਰੀ ਇਕੱਠਾ ਕਰ ਰਹੇ ਨੇ। ਅਤੇ ਇਹ ਇਸ ਤੋਂ ਬਾਅਦ ਲੋੜਵੰਦ ਪਰਿਵਾਰਾਂ ਦੀ ਲਿਸਟ ਵੀ ਤਿਆਰ ਆ, ਜਿਹਦੇ ਅੰਦਰ ਹੈਗੇ ਨੇ ਤਕਰੀਬਨ 30 ਮੈਂਬਰਾਂ ਦੇ ਘਰਾਂ ਦੀ ਲਿਸਟ ਬਣ ਚੁੱਕੀ ਆ। ਅਤੇ ਕੋਸ਼ਿਸ਼ ਜ਼ਰੀਆ ਵੱਲੋਂ ਸਾਰੀ ਟੀਮ ਵੱਲੋਂ ਇਹੀ ਆ ਵੀ ਇਹ ਹੋਰ ਅੱਗੇ ਵਧਾਈਏ। ਅਤੇ ਇਹਦੇ 'ਚ ਦੋਵੇਂ ਚੀਜ਼ਾਂ ਦੀ ਜ਼ਰੂਰਤ ਆ, ਲੋੜਵੰਦ ਪਰਿਵਾਰਾਂ ਦੀ ਵੀ ਸਾਡੇ ਤੱਕ ਪਹੁੰਚ ਕਰੋ, ਅਤੇ ਜੇ ਕੋਈ ਦਾਨੀ ਸੱਜਣ ਦੇ ਸਕਦਾ ਉਹ ਵੀ, ਅਸੀਂ ਕੋਈ ਪੈਸਾ ਦੀ ਡਿਮਾਂਡ ਨਹੀਂ ਕਰ ਰਹੇ, ਤਾਂ ਜੇ ਕਿਸੇ ਕੋਲ ਰਾਸ਼ਨ ਆ ਜਾਂ ਕੋਈ ਕਿਸੇ ਦਾ ਕਿੱਤਾ ਆ, ਜਿਹਦੇ ਕੋਲ ਕਣਕ ਵੱਧ ਪਈ ਆ, ਉਹਦੇ ਕੋਲ ਸਬਜ਼ੀਆਂ ਦਾ ਕਿੱਤਾ ਆ, ਦੁੱਧ ਦਾ ਕਿੱਤਾ, ਤਾਂ ਉਹ ਤੁਹਾਨੂੰ ਜਗ੍ਹਾ ਦੱਸ ਦਾਂਗੇ, ਉੱਥੇ ਦੇ ਕੇ ਜਾ ਸਕਦਾ, ਤਾਂ ਉਹ ਇੱਕ ਤਰ੍ਹਾਂ ਉਸਦਾ ਰੋਲ ਵਿੱਚ ਆਜੂਗਾ, ਕਿਉਂਕਿ ਇਹ ਸੰਸਥਾ ਇੱਕ ਮਤਲਬ ਸਾਰਿਆਂ ਦੇ ਸਰਬੱਤ ਦੇ ਭੁੱਲੇ ਦੀ ਬਣਾਈ ਹੋਈ ਆ। ਅਤੇ ਬਹੁਤ ਹੀ ਸਨੇਕ ਉਪਰਾਲਾ ਕਰ ਰਹੇ ਨੇ ਸਾਰੀ ਟੀਮ, ਸਪੈਸ਼ਲੀ ਬਾਈ ਟੀਮ ਨੂੰ, ਬਾਈ ਬੀਨੂ ਢਿੱਲੋਂ ਜੀ, ਜਿਨ੍ਹਾਂ ਨੇ ਸਾਰੇ ਇੱਕ ਬਹੁਤ ਹੀ ਵੱਡੇ ਲੈਵਲ 'ਤੇ ਆ ਕੇ ਆਪਣੇ ਪ੍ਰੋਫੈਸ਼ਨਲ ਦੇ ਨਾਲ ਨਾਲ ਇੱਕ ਸਮਾਜ ਸੇਵੀ ਅਦਾਰਾ ਸ਼ੁਰੂ ਕੀਤਾ, ਤਾਂ ਤੁਸੀਂ ਦੇਖ ਸਕਦੇ ਹੋ। ਅਤੇ ਬਾਕੀ ਬਹੁਤ ਰਿਕੁਐਸਟ ਆ ਸਭ ਨੂੰ ਮੇਰਾ ਭਰਾ ਦੁਆਰਾ, ਜਿਨ੍ਹਾਂ ਕੋਲ ਲੋੜਵੰਦ ਨੇ ਉਹਨਾਂ ਦੀ ਡਿਟੇਲ ਦੇਵੋ, ਅਤੇ ਜੇ ਕੋਈ ਦਾਨੀ ਸੱਜਣਾ ਤਾਂ ਦਾਨ ਕਰ ਸਕਦੇ।